ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਵੇਂ ਹੋ ਸਾਰੇ? ਸਭ ਕੁਸ਼ਲ ਮੰਗਲ, ਚੜ੍ਹਦੀ ਕਲਾ 'ਚ। ਅਤੇ ਅੱਜ ਅਸੀਂ ਕੀਰਤਨ ਕਰਕੇ ਆ ਰਹੇ ਸਾਂ, ਕਿਸੇ ਦੇ ਘਰ ਕੀਰਤਨ ਸੀ, ਉਦੋਂ ਕੀਰਤਨ ਦੀ ਸੇਵਾ ਭਰ ਕੇ ਬਸ ਆ ਹੀ ਰਹੇ ਹਾਂ। ਅਤੇ ਅਸੀਂ ਚੱਲੇ ਹਾਂ ਉਸ ਵਕਤ ਕਲਮਪੁਰ ਸਾਹਿਬ ਗੁਰਦੁਆਰਾ ਵਿਖੇ, ਅਤੇ ਆਪ ਜੀ ਨੂੰ ਉੱਧਰ ਦੇ ਦਰਸ਼ਨ ਵੀ ਕਰਾਵਾਂਗੇ। ਅਤੇ ਨਾਲ ਹੀ ਰਸਤੇ ਵਿੱਚ ਇੱਕ ਜਗ੍ਹਾ ਪੈਂਦੀ ਖੂਹ ਸਾਹਿਬ, ਜਿਹੜਾ ਹੈ ਭਾਈ ਮੇਲਾ ਸਿੰਘ ਜੀ ਦਾ, ਅਤੇ ਉਹ ਵੀ ਆਪ ਜੀ ਨੂੰ ਦਰਸ਼ਨ ਕਰਾਵਾਂਗੇ। ਅਤੇ ਉਸ ਤੋਂ ਬਾਅਦ ਅਸੀਂ ਕਲਮਪੁਰਾ ਸਾਹਿਬ ਜਾਵਾਂਗੇ, ਅਤੇ ਉੱਥੇ ਗੁਰਮਤਿ ਕੈਂਪ ਚੱਲ ਰਿਹਾ। ਕੀ ਪਤਾ ਇਸ ਵਕਤ ਚੱਲ ਰਿਹਾ ਕਿ ਨਹੀਂ ਚੱਲ ਰਿਹਾ, ਜੇ ਚੱਲ ਰਿਹਾ ਹੋਏ ਤਾਂ ਆਪ ਜੀ ਨੂੰ ਉੱਧਰ ਦੇ ਵੀ ਦਰਸ਼ਨ ਜ਼ਰੂਰ ਕਰਾਵਾਂਗੇ, ਛੋਟੀ ਛੋਟੀ ਗਲਿਮਸ ਆਪ ਜੀ ਨੂੰ ਉੱਧਰ ਦੀ ਦੱਸਾਂਗੇ ਜੀ। ਸਭ ਤੋਂ ਪਹਿਲੇ ਅਸੀਂ ਇਹ ਖੂਹ ਸਾਹਿਬ ਦੇ ਦਰਸ਼ਨ ਕਰਾਈਏ। ਖੂਹ ਸਾਹਿਬ ਇਹਦੀ ਇਹ ਮਹਾਨਤਾ ਕਿ ਜਿਸ ਵਕਤ ਪੂਰੇ ਸਿੰਘਪੁਰ ਵਿੱਚ ਪਾਣੀ ਨਹੀਂ ਸੀ, ਅਤੇ ਉਸ ਵਕਤ ਭਾਈ ਮੇਲਾ ਸਿੰਘ ਜੀ ਨੇ ਇੱਥੇ ਆ ਕੇ ਆਪਣਾ ਖੂਹ ਆਪਣੇ ਹੱਥੀਂ ਜਿਹੜਾ ਖੂਹ ਦਾ ਨਿਰਮਾਣ ਕੀਤਾ। ਦੂਜੀ ਗੱਲ, ਇੱਥੇ ਸੰਤਾਲੀ ਦਾ ਵੀ ਬੜਾ ਇਤਿਹਾਸ ਹੈ। ਚਲੋ ਸੰਤਾਲੀ ਦੀ ਵੰਡ ਹੋਈ ਅਤੇ ਇੱਥੇ ਵੀ ਕਾਫੀ ਸਿੰਘ ਸ਼ਹੀਦ ਹੋਏ, ਅਤੇ ਸ਼ਹੀਦਾਂ ਦਾ ਪਹਿਰਾ ਇੱਥੇ ਵੀ ਹੈ। ਅਤੇ ਆਓ ਪਹਿਲੇ ਖੂਹ ਸਾਹਿਬ ਦੇ ਦਰਸ਼ਨ ਕਰ ਲਈਏ, ਉਸ ਤੋਂ ਬਾਅਦ ਅਸੀਂ ਕਲਮਪੁਰ ਸਾਹਿਬ ਵਿਖੇ ਜਾਵਾਂਗੇ। ਅਤੇ ਸਾਡੇ ਸਿੰਘ ਵੀ ਆ ਰਹੇ ਨੇ, ਅਜੇ ਉਹ ਸਕੂਟੀ ਦੇ ਨੇ, ਅਜੇ ਪਹੁੰਚੇ ਨਹੀਂ ਪਹੁੰਚੇ। ਅਤੇ ਜਦੋਂ ਸਿੰਘ ਤੱਕ ਤਦੋਂ ਤੱਕ ਸਿੰਘ ਪਹੁੰਚਦੇ ਨੇ ਆਪ ਜੀ ਨੂੰ। ਅਤੇ ਸਿੰਘ ਸਾਡੇ ਆ ਚੁੱਕੇ ਨੇ, ਨਹੀਂ ਅਜੇ ਵੀ ਨਹੀਂ ਆਏ, ਪਤਾ ਨਹੀਂ ਕਿਤੇ, ਮੈਂ ਗੱਡੀ ਵੀ ਜਲਦੀ ਆ ਗਿਆ, ਉਹ ਸਕੂਟੀ 'ਤੇ ਅਜੇ ਤੇਜ਼ ਨਹੀਂ ਆਏ। ਚਲੋ ਪਹੁੰਚਦੇ ਹਾਂ, ਦੇਖਦੇ ਹਾਂ ਕਦੋਂ ਤੱਕ ਪਹੁੰਚਾਂਗੇ ਜੀ, ਅਸੀਂ ਉਹਨਾਂ ਦਾ ਵੇਟ ਕਰਦੇ ਹਾਂ ਤਦੋਂ ਤੱਕ ਜੀ। ਆਓ ਤਾਂ ਆਪ ਜੀ ਨੂੰ ਫਿਰ ਤੇ ਤਦੋਂ ਤੱਕ ਦਰਸ਼ਨ ਕਰਾ ਦਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਪਿਆਰਿਓ, ਇਹ ਸਾਡੇ ਸਿੰਘ ਨਹੀਂ ਆਏ, ਪਤਾ ਨਹੀਂ ਕਿੱਥੇ ਰਹਿ ਗਏ ਨੇ ਸਾਡੇ ਸਿੰਘ, ਸਮਝ ਨਹੀਂ ਆ ਰਹੇ। ਉਹ ਆ ਗਏ ਜੀ, ਆ ਗਏ, ਧੰਨ ਪਾਗ, ਧੰਨ ਪਾਗ। ਇਹ ਵੇਖੋ ਦੱਸ ਰਹੇ ਨੇ, ਜਿਹੜਾ ਸਾਡਾ ਤਬਲਜੀਤ ਸਿੰਘ ਹੈਗਾ ਨਾ ਮਨਪ੍ਰੀਤ, ਉਹਨੂੰ ਨਹੀਂ ਪਤਾ ਹੈਗਾ, ਅਤੇ ਪਵਨੀਤ ਸਿੰਘ ਦੱਸ ਰਹੇ ਨੇ। ਇਹ ਵੇਖੋ ਆ ਗਏ ਨੇ, ਉਹਨੂੰ ਦੱਸਦੇ ਆਏ, ਇਤਿਹਾਸ ਦੱਸਿਆ, ਬਿਲਕੁਲ ਦੱਸ ਲਿਆ ਪੂਰਾ ਪਾਵਿਓ। ਆ ਜਾਓ ਫਿਰ, ਚਲੋ ਫਿਰ ਭਾਏ ਇੱਧਰ ਨੂੰ ਚੱਲਦੇ ਹਾਂ ਅਸੀਂ। ਥੋੜ੍ਹਾ ਰਸਤਾ ਥੋੜ੍ਹਾ ਜਿਹਾ ਉਬੜ ਖਾਬੜ ਹੈ। ਇਹ ਆ ਗਏ ਜੀ ਆਪਾਂ, ਕਸ਼ਮੀਰ ਵੀ, ਲੇਕਿਨ ਮੈਂ ਆਪ ਪਹਿਲੀ ਵਾਰ ਚੱਲਿਆ। ਦੇਖੇ ਦੇਖੇ ਕਿੰਨੀ ਮਾੜੀ ਹਾਲਾਤ ਹੈ ਸਾਡੀ ਕਸ਼ਮੀਰੀਆਂ ਦੀ, ਦੇਖੇ ਦੇਖੇ, ਸੁਣ ਰਹੇ ਹੋ ਸਾਰੇ? ਵੇਖੋ ਇਹ ਆਪਣਾ ਖੂਹ ਸਾਹਿਬ ਹੈ, ਖੋਲੀ ਯਾਰ, ਜੰਗ ਲੱਗਿਆ ਇਹਨੂੰ, ਕੋਈ ਕਸ਼ਮੀਰੀ ਆ ਕੇ ਖੋਲਦਾ ਵੀ ਨਹੀਂ। ਚਲੋ ਮਹਾਰਾਜ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ। ਪਾਣੀ ਬੰਦਾ ਕਿਸੇ ਖਸੀ ਦਾ ਵੇਖਣਾ। ਚਲੋ ਇਹ ਸਾਡੇ ਕੋਲ, ਇਹ ਦੇਖੋ ਯਾਰ, ਇੱਕ ਤਾਂ ਸਿੱਖਾਂ ਦੀ ਮਨਮਤ ਦੇਖੋ, ਰਹਿੰਦੇ ਰਹਿੰਦੇ ਹੁਣ ਕੀ ਪਤਾ ਤੈਨੂੰ ਪੂਰੀਆਂ ਕਰਨੀਆਂ ਪੈਣੀਆਂ, ਕਿਹੜੇ ਵਾਸਤੇ ਬਣੀ ਦੀ, ਕਿਸੇ ਦੀ ਵਿਆਹ ਦੀ ਅਸੀਂ ਇਸਕੋ ਪੂਰੀ ਕਰਨੀ ਪੈਸੀ। ਵੈਸੇ ਤਾਂ ਮਨਮਤ ਹੈ, ਪਰ ਕੀ ਕਰੀਏ, ਸਿੱਖਾਂ ਨੂੰ ਸਮਝ ਨਹੀਂ ਆਉਂਦਾ, ਇਹ ਗੱਲ ਵੀ ਸਹੀ ਹੈ। ਲੇਕਿਨ ਇਹ ਕਿ ਸਾਡੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ, ਸਿੱਖ ਧਰਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ। ਅਤੇ ਇਹ ਵੇਖੋ ਤੁਸੀਂ ਮਹਾਰਾਜ ਜੀ, ਰਹਿਣ ਦੇ ਕਿਸੇ ਨੇ ਵਿਆਹ ਦੀ ਮਨੋਕਾਮਨਾ ਮੰਨੀ ਹੋਣੀ। ਇਹ ਦੇਖੋ ਇਹ ਵਿਆਹ ਦੀ ਕਿਸੇ ਦੀ ਦਰਜੀ ਹੈ, ਇਹ ਕਿਸੇ ਦੀ ਕੋਈ ਗਰਲਫ੍ਰੈਂਡ ਦੀ ਦਰਜੀ ਵੀ ਹੋਣੀ ਸ਼ਾਇਦ, ਦੇਖੀ ਤੂੰ। ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੇ ਪਿਆਰੇ, ਹੁਣ ਅਸੀਂ ਚੱਲੇ ਹਾਂ ਕਲਮਪੁਰਾ ਸਾਹਿਬ ਵਿਖੇ, ਥੋੜ੍ਹਾ 15 ਮਿੰਟ ਉੱਥੇ ਬਹਿ ਕੇ ਸਾਨੂੰ ਨਾਮ ਦਾ ਜਾਪ ਕਰਨ ਨੂੰ, ਅਤੇ ਬੜਾ ਹੀ ਆਨੰਦ ਆਇਆ, ਬਹੁਤ ਹੀ ਸ਼ਾਂਤਮਈ ਜਗ੍ਹਾ ਆ, ਦਿਨ ਦੇ ਵਿੱਚ ਵੀ ਬਹੁਤ ਸ਼ਾਂਤ ਆ। ਬੇਸ਼ੱਕ ਗੱਡੀਆਂ ਆਸ ਪਾਸ ਚੱਲ ਰਹੀਆਂ ਨੇ, ਪਰ ਲੇਕਿਨ ਉੱਥੇ ਕੁਝ ਖਾਸ ਇੰਨਾ ਕੁ ਗੱਡੀਆਂ ਦਾ ਮਹਿਸੂਸ ਨਹੀਂ ਹੋਇਆ, ਬਹੁਤ ਹੀ ਸ਼ਾਂਤ ਜਗ੍ਹਾ ਸੀ। ਹੁਣ ਵੇਖੋ ਅਸੀਂ ਪਹਾੜ ਚੜ੍ਹ ਕੇ ਜਾ ਰਹੇ ਹਾਂ ਜੀ ਕਲਮਪੁਰਾ ਸਾਹਿਬ। ਆਹ ਦੋਵੇਂ ਜਿਹੜੇ ਖੂਹ ਨੇ ਇਤਿਹਾਸਿਕ ਖੂਹ ਨੇ, ਅਤੇ ਇੱਕ ਜਿਹੜਾ ਆਪ ਜੀ ਨੂੰ ਦਰਸ਼ਨ ਹੁਣੇ ਕਰਾਤੇ ਨੇ, ਅਤੇ ਹੁਣ ਦੂਜਾ ਅਸੀਂ ਚੱਲੇ ਹਾਂ ਕਲਮਪੁਰਾ ਸਾਹਿਬ ਵਿਖੇ, ਜਿਹੜਾ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਦਾ ਉਹਨਾਂ ਦਾ ਖੂਹ ਹੈ। ਪਿਆਰ, ਇੱਕ ਤਾਂ ਨਾਲ ਦੀ ਪਿੰਡ ਵਿਆਹ ਚੱਲ ਰਿਹਾ, ਦੂਜਾ ਹੁਣ ਅਸੀਂ ਚੱਲੇ ਹਾਂ ਆਪਣਾ ਕਲਮਪੁਰਾ ਸਾਹਿਬ ਵਿਖੇ। ਵੇਖ ਰਹੇ ਹੋ ਤੁਸੀਂ ਅੰਦਰ ਸ਼ਾਇਦ ਗੱਤਕੇ ਦਾ ਪ੍ਰੋਗਰਾਮ ਚੱਲ ਰਿਹਾ, ਜੇ ਸਾਡੇ ਜਾਣ ਤੱਕ ਰਿਹਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜੀ। ਸਾਧ ਸੰਗਤ ਜੀ, ਇਹ ਦੇਖ ਸਕਦੇ ਹੋ ਇਹ ਜਿਹੜਾ ਖੂਹ ਸਾਹਿਬ ਹੈ ਨਾ, ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੀਂ ਦਾ ਖੂਹ ਸਾਹਿਬ ਹੈ, ਅਤੇ ਹੁਣ ਗੁਰਦੁਆਰਾ ਸਾਹਿਬ ਅੰਦਰ ਮੱਥਾ ਟੇਕਣ ਚੱਲੇ ਹਾਂ। ਮਿਸ਼ਨਰੀ ਦਾ ਉਹ ਪਿੱਛੇ ਚੱਲਦੇ ਆ, ਗੱਤਕਾ ਚੱਲ ਰਿਹਾ ਜੀ, ਮੈਂ ਦੇਖ ਲਿਆ, ਨਜ਼ਰ ਪਾਏਗੀ ਮੇਰੇ, ਆਪ ਜੀ ਨੂੰ ਅੰਦਰ ਦਰਸ਼ਨ ਕਰਾ ਕੇ ਫਿਰ ਚੱਲਦੇ ਹਾਂ। ਇਹਨੂੰ ਥੋੜ੍ਹਾ ਸਾਹਿਬ ਵੀ ਕਿਹਾ ਜਾਂਦਾ ਜੀ।